ਇਹਨੂੰ ਐਂ ਇਹਨੂੰ ਥੋੜ੍ਹਾ ਥੋੜ੍ਹਾ ਠਕੋਰਾਂਗੇ ਅਤੇ ਬੂਟਾ ਤੁਸੀਂ ਦੇਖਿਓ ਜਿਵੇਂ ਜਾਦੂ ਹੋ ਜਾਊਗਾ ਆਪਣੇ ਆਪ ਇਹਨੇ ਬਾਹਰ ਆ ਜਾਣਾ, ਹਾਲੇ ਨਹੀਂ ਬਾਹਰ ਕਰਨ ਤੋਂ ਕੱਢੋ ਬਾਹਰ ਇਹਨੂੰ। ਲਓ ਜੀ ਆਹ ਦੇਖੋ, ਇਹ ਲਓ ਜੀ ਕਿੰਨਾ ਵਧੀਆ ਢੰਗ ਦੇ ਨਾਲ ਦੇਖੋ ਬੂਟਾ ਨਿਕਲ ਆਇਆ ਥੱਲੇ ਤੱਕ, ਆ ਦੇਖੋ ਗਮਲਾ ਖਾਲੀ ਹੋ ਗਿਆ। 12 ਮੋਰੇ ਅਸੀਂ ਇਹਨੂੰ ਮਾਰਤੇ ਹੈ, ਅੰਦਰੋਂ ਹੀ ਦਿਖਾ ਦਿੰਦਾ, ਜੇ ਮੋਰੇ ਨਹੀਂ ਹੋਣਗੇ ਤਾਂ ਪਲਾਂਟ ਨਹੀਂ ਚੱਲੇਗਾ। ਹੁਣ ਇਹਦੇ 'ਚ ਪਾਵਾਂਗੇ ਥੋੜ੍ਹੀ ਜਿਹੀ ਇੱਟ ਦੀ ਰੋੜੀ। ਲਓ ਜੀ ਇੱਟ ਦੀ ਰੋੜੀ, ਪਿੱਲੀ ਇੱਟ ਲੈਣੀ ਹੈ ਜਿਹੜੀ ਨਾ ਪੱਕੀ ਅਤੇ ਨਾ ਕੱਚੀ। ਆਹ ਦੇਖੋ ਪਿੱਲੀ ਇੱਟ, ਇਹ ਕੀ ਕਰੂਗੀ ਕੰਮ ਹੁਣ ਤੁਹਾਨੂੰ ਦੱਸਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੇਵ ਗ੍ਰੀਨਲੈਂਡ ਨਰਸਰੀ ਨਾਲ ਜਿੰਨੇ ਵੀ ਸੱਜਣ ਜੁੜੇ ਹੋ, ਸਭ ਤੋਂ ਪਹਿਲਾਂ ਐਡਰੈਸ ਬੋਲ ਦਿੰਦੇ ਹਾਂ, ਜਲਾਲਾਬਾਦ ਪੱਛਮੀ ਜਿਹੜਾ ਕਿ ਡਿਸਟ੍ਰਿਕਟ ਫਿਰੋਜ਼ਪੁਰ ਫਾਜ਼ਿਲਕਾ ਵਿੱਚ ਪੈਂਦਾ ਹੈ, ਅਤੇ ਇਹ ਜਿਹੜੀ ਆਪਣੀ ਨਰਸਰੀ ਹੈ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ 'ਤੇ ਹੈ, ਪਿੰਡ ਪੀਰ ਮੁਹੰਮਦ ਨੇੜੇ ਫੱਤੂ ਸਮੂਹ ਟਾਹਲੀਆਂ ਗੁਰਦੁਆਰਾ ਸਾਹਿਬ ਓਨ ਰੋਡ ਹੈ। ਅਤੇ ਅੱਜ ਤੁਹਾਨੂੰ ਦੱਸਦੇ ਹਾਂ ਵੀ ਛੋਟਾ ਗਮਲੇ ਦੇ ਵਿੱਚ ਜਦੋਂ ਬੂਟਾ ਵੱਡਾ ਹੋ ਜਾਂਦਾ ਤਾਂ ਉਹਨੂੰ ਸ਼ਿਫਟ ਕਿਵੇਂ ਕਰਨਾ ਹੈ। ਉਹਦੇ 'ਚ ਵੀ ਬੜਾ ਇੱਕ ਕਹਿ ਲਓ ਵੀ ਰਾਜ਼ ਲੁੱਕਿਆ ਹੋਇਆ। ਜਦੋਂ ਆਪਾਂ ਛੋਟੇ ਬੂਟਿਆਂ ਨੂੰ ਯਕਦਮ ਵੱਡੇ ਗਮਲੇ 'ਚ ਲਾ ਦਿਆਂਗੇ ਤਾਂ ਸਾਈਡ ਵਾਲੀ ਮਿੱਟੀ ਦਬਾ ਦੇਊਗੀ, ਉਹ ਗਮਲਾ ਕਦੇ ਸਕਸੈਸ ਨਹੀਂ ਹੋਊਗਾ। ਇਹ ਜਿਹੜੇ ਬੜੀ ਵੱਡੀ ਗੱਲ ਹੈ ਕਿ ਇਹਨੂੰ ਸਟੈਪ ਵਾਈਜ਼ ਜਿਹੜਾ ਸ਼ਿਫਟ ਕਰਨਾ ਚਾਹੀਦਾ। ਪਹਿਲਾਂ ਛੋਟੇ ਗਮਲੇ 'ਚ ਛੋਟਾ ਬੂਟਾ, ਤਾਂ ਫਿਰ ਉਸ ਤੋਂ ਵੱਡੇ 'ਚ ਜਿਵੇਂ ਮੰਨ ਲਓ 4-5 ਤੋਂ ਥੈਲੀ ਸ਼ੁਰੂ ਹੁੰਦੀ ਹੈ, 4-5, 6-6, 6-7, 8-9, ਯਾਨੀ ਕਿ ਸਟੈਪ ਵਾਈਜ਼ ਜਿਵੇਂ ਪੌੜੀ ਚੜੀਦਾ, ਅਤੇ ਬੂਟੇ ਤੁਹਾਡੇ ਸਾਰੇ ਸਕਸੈਸ ਹੋਣਗੇ। ਕਈ ਵਾਰੀ ਆਪਾਂ ਕੀ ਕਰਦੇ ਹਾਂ, ਬੂਟਾ ਛੋਟਾ ਹੁੰਦਾ ਉਹਨੂੰ ਵੱਡੇ ਗਮਲੇ 'ਚ ਯਕਦਮ ਲਾ ਦਿੰਦੇ ਹਾਂ, ਉਹਦੀ ਜੜ੍ਹ ਇੰਨੀ ਕੁ ਜਗ੍ਹਾ 'ਚ ਹੁੰਦੀ ਹੈ ਜਿਹੜੀ ਸਾਈਡਾਂ ਵਾਲੀ ਮਿੱਟੀ ਦਬਾ ਦਿੰਦੀ ਹੈ ਅਤੇ ਜੜ੍ਹ ਫੈਲਦੀ ਨਹੀਂ ਗਮਲੇ 'ਚ। ਖਾਸ ਕਰਕੇ ਧਰਤੀ 'ਤੇ ਚਲੋ ਕੁਦਰਤੀ ਹੈ, ਖੁੱਲ੍ਹੀ ਹੁੰਦੀ ਹੈ, ਕੋਈ ਦਿੱਕਤ ਨਹੀਂ ਹੁੰਦੀ, ਪਰ ਗਮਲੇ 'ਚ ਧਿਆਨ ਰੱਖਿਆ ਕਰੋ, ਛੋਟੇ ਬੂਟਿਆਂ ਨੂੰ ਯਕਦਮ ਵੱਡੇ ਗਮਲੇ 'ਚ ਨਾ ਲਾਇਆ ਕਰੋ, ਉਹ ਸਕਸੈਸ ਨਹੀਂ ਹੋਊਗਾ ਕਦੇ। ਇਹ ਗੱਲ ਨੋਟ ਕਰਨ ਵਾਲੀ ਹੈ, ਬੜੀ ਵੱਡੀ ਗੱਲ ਹੈ, ਤੁਹਾਨੂੰ ਕਿਸੇ ਨਹੀਂ ਦੱਸਣੀ, ਔਰ ਸਾਡੀ ਨਰਸਰੀ ਵਿੱਚ ਸਭ ਤੋਂ ਵੱਡੀ ਜਾਣਕਾਰੀ ਹੈ ਜਿਹਦੇ ਕਰਕੇ ਲੋਕ ਜੁੜੇ ਹੋਏ ਹੈ। ਬੂਟਾ ਲਾਉਣ ਤੋਂ ਬੂਟੇ ਦੇ ਫਰੂਟ ਆਉਣ ਤੱਕ ਹਰੇਕ ਜਾਣਕਾਰੀ ਹੈ, ਕਦੋਂ ਕੀ ਪੈਣਾ ਉਹਨੂੰ, ਜੜ੍ਹਾਂ 'ਚ ਕੀ ਪੈਣਾ, ਸਪਰੇ ਕੀ ਕਰਨਾ, ਹਰੇਕ ਜਾਣਕਾਰੀ ਸਾਡੇ ਚੈਨਲ 'ਤੇ ਪਈ ਹੈ। ਅੱਜ ਇਹ ਵੀ ਬੜੀ ਵੱਡੀ ਜਾਣਕਾਰੀ ਹੈ, ਲੋਕ ਸ਼ਿਫਟ ਕਰਨ ਲੱਗਿਆ ਬੂਟਿਆਂ ਨੂੰ ਸੁਕਾ ਬੈਠਦੇ ਹੈ। ਸੋ ਬੂਟਾ ਜਿਹੜਾ ਦੇਖੋ ਦਿਖਾਓ ਇੱਕ ਵਾਰ, ਮੌਸਮੀਆਂ ਦੇ ਨਾਲ ਭਰਿਆ ਪਿਆ ਔਰ ਤਕਰੀਬਨ ਇਹਨੂੰ 1000 ਤੋਂ ਪਲੱਸ ਫਰੂਟ ਲੱਗੇ ਹੋਏ ਹੈ, ਆਹ ਦੇਖੋ ਉੱਪਰ ਤੱਕ, ਔਰ ਇਹਨੂੰ ਅੱਜ ਸ਼ਿਫਟ ਕਰਾਂਗੇ। ਸ਼ਿਫਟ ਕਿਵੇਂ ਕਰਾਂਗੇ ਤੁਹਾਨੂੰ ਦਿਖਾਉਣੇ ਆ, ਥੱਲੇ ਤੱਕ ਗਮਲੇ ਦਿਖਾਓ ਕਿ ਇਹਨੂੰ ਸ਼ਿਫਟ ਕਿਵੇਂ ਕਰਨਾ ਹੈ, ਔਰ ਇਸ ਤੋਂ ਅੱਗੇ ਦਾ ਪ੍ਰੋਸੈਸ ਕੀ ਹੈ, ਕੀ ਪਾਵਾਂਗੇ ਇਹਨੂੰ, ਤੁਸੀਂ ਸਾਰੀ ਵੀਡੀਓ ਨਾਲ ਜੁੜੇ ਰਹਿਣਾ, ਔਰ ਤੁਹਾਡੇ ਗਮਲੇ ਵੀ ਜਿਹੜੇ ਤੁਸੀਂ ਕਿਵੇਂ ਸ਼ਿਫਟ ਕਰਨੇ ਆ ਉਹਦਾ ਤੁਹਾਨੂੰ ਤਰੀਕਾ ਦੱਸਦੇ ਹਾਂ। ਲਓ ਜੀ ਇਹ ਮੌਸਮੀ ਦਾ ਬੂਟਾ ਪਿਆ, ਗਮਲਾ ਛੋਟਾ ਰਹਿ ਗਿਆ, ਮੌਸਮੀ ਵੱਡੀ ਹੋ ਗਈ ਹੈ, ਇਹਨੂੰ ਅਸੀਂ ਆਹ ਦੇਖੋ, ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕਰ ਲਿਓ, ਇਹਨੂੰ ਪੂਰਾ ਸੁਕਾ ਦੇਣਾ, ਪਾਣੀ ਨਹੀਂ ਦੇਣਾ, ਜੇ ਪਾਣੀ ਦੇ ਕੇ ਤੁਸੀਂ ਗਿੱਲੇ ਨੂੰ ਕਰੋਗੇ ਸਾਰਾ ਖਿੰਡ ਜਾਊਗਾ ਇਹ। ਆਹ ਦੇਖੋ ਪੂਰਾ ਅਸੀਂ ਸੁਕਾ ਲਿਆ ਇਹਨੂੰ, ਪਾਣੀ ਦਿੱਤੇ ਨੂੰ ਅੱਜ 10 ਤੋਂ 15 ਦਿਨ ਹੋ ਗਿਆ, ਔਰ ਹੁਣ ਇਹਨੂੰ ਅਸੀਂ ਕੱਢਾਂਗੇ, ਦੇਖੋ ਇਹਨੂੰ ਘੁਮਾ ਦਿਓ ਇੱਕ ਵਾਰੀ, ਹਾਂ ਇਸ ਤਰ੍ਹਾਂ ਸਾਈਡਾਂ ਤੋਂ ਇਹਨੂੰ ਐਂ ਇਹਨੂੰ ਥੋੜ੍ਹਾ ਥੋੜ੍ਹਾ ਠਕੋਰਾਂਗੇ। ਇਹ ਬੂਟਾ ਤੁਸੀਂ ਦੇਖਿਓ ਜਿਵੇਂ ਜਾਦੂ ਹੋ ਜਾਊਗਾ ਆਪਣੇ ਆਪ ਇਹਨੇ ਬਾਹਰ ਆ ਜਾਣਾ, ਹਾਲੇ ਨਹੀਂ ਬਾਹਰ ਕਰਨ ਤੋਂ ਕੱਢੋ ਬਾਹਰ ਇਹਨੂੰ। ਲਓ ਜੀ ਆਹ ਦੇਖੋ, ਇਹ ਲਓ ਜੀ ਕਿੰਨਾ ਵਧੀਆ ਢੰਗ ਦੇ ਨਾਲ ਦੇਖੋ ਬੂਟਾ ਨਿਕਲ ਆਇਆ ਥੱਲੇ ਤੱਕ, ਆ ਦੇਖੋ ਗਮਲਾ ਖਾਲੀ ਹੋ ਗਿਆ। ਔਰ ਸਾਡੇ ਬੂਟੇ ਚੱਲਣ ਦਾ ਨਰਸਰੀ ਦਾ ਕਾਰਨ ਕੀ ਹੁੰਦਾ ਤੁਹਾਨੂੰ ਉਹ ਵੀ ਦਿਖਾਉਣੇ ਆ। ਆਹ ਦੇਖੋ ਮੋਰੇ, ਤੁਸੀਂ ਗਿਣਤੀ ਕਰ ਲਓ, 2, 4, 6, 8, 10, 10, 11 ਮੋਰੇ ਆ ਇਹਦੇ ਵਿੱਚ, ਅਤੇ ਆਹ ਦੇਖ ਲਓ ਨਵਾਂ ਗਮਲਾ, ਇਹਨੂੰ ਗਿਣਿਓ, 2, 4, 6, 8, 10, 12 ਮੋਰੇ ਅਸੀਂ ਇਹਨੂੰ ਮਾਰਤੇ ਹੈ, ਅੰਦਰੋਂ ਹੀ ਦਿਖਾ ਦਿੰਦਾ,
ਜੇ ਮੋਰੇ ਨਹੀਂ ਹੋਣਗੇ ਤਾਂ ਪਲਾਂਟ ਨਹੀਂ ਚੱਲੇਗਾ। ਹੁਣ ਇਹਦੇ 'ਚ ਪਾਵਾਂਗੇ ਥੋੜ੍ਹੀ ਜਿਹੀ ਇੱਟ ਦੀ ਰੋੜੀ। ਲਓ ਜੀ, ਇੱਟ ਦੀ ਰੋੜੀ ਪਿੱਲੀ ਇੱਟ ਲੈਣੀ ਹੈ, ਜਿਹੜੀ ਨਾ ਪੱਕੀ ਅਤੇ ਨਾ ਕੱਚੀ। ਆਹ ਦੇਖੋ ਪਿੱਲੀ ਇੱਟ, ਇਹ ਕੀ ਕਰੂਗੀ ਕੰਮ ਹੁਣ ਤੁਹਾਨੂੰ ਦੱਸਦੇ ਹਾਂ। ਇਹਨੇ ਪਾਣੀ ਨੂੰ ਸੋਖ ਲੈਣਾ, ਵੱਧ ਪਾਣੀ ਓਵਰ ਵਾਟਰਿੰਗ ਨਹੀਂ ਹੋਣ ਦੇਣੀ ਇੰਨੇ ਥੱਲੇ। ਔਰ ਸੋਖਣ ਤੋਂ ਬਾਅਦ ਇੱਕ ਦਿਨ ਬਾਅਦ ਇਹਨੇ, ਯਾਨੀ ਕਿ 24 ਘੰਟਿਆਂ ਬਾਅਦ ਫਿਰ ਸੁੱਕ ਜਾਂਦੀ ਆਪਣੇ ਆਪ, ਕੁਦਰਤੀ ਤੌਰ 'ਤੇ ਹੈ। ਇਹ ਕਈ ਮੇਰੇ ਵੀਰ ਬਜਰੀ ਪਾਉਂਦੇ, ਜਿਹੜੀ ਸੜਕ ਬਣਾਉਣ ਵਾਲੀ ਪੱਥਰ ਵਾਲੀ, ਉਹ ਕਦੇ ਨਹੀਂ ਪਾਉਣੀ ਚਾਹੀਦੀ, ਉਹਦੇ ਨਾਲ ਉਲਟਾ ਹੋਰ ਜਿਹੜਾ ਉਹਨੂੰ ਪੈਂਦੀ ਹੈ ਆਪਣੇ ਫੰਗਸ ਵਗੈਰਾ ਥੱਲੇ ਪੈਦਾ ਹੁੰਦੀ ਹੈ, ਉਹਨੇ ਸੁੱਖਣਾ ਨਹੀਂ ਹੁੰਦਾ ਪਾਣੀ। ਇਹ ਇੱਟ ਦੀ ਰੋੜੀ ਸੁੱਕੂਗੀ ਹਮੇਸ਼ਾ। ਸੋ ਤੁਸੀਂ ਮੰਨ ਕੇ ਚੱਲੋ ਵੀ ਆਹ ਰੋੜੇ ਜੇ ਲੈ ਲਓ, ਇੱਟ ਤਾਂ ਬਹੁਤ ਮਹਿੰਗੀ ਹੈ, ਅਤੇ ਇਹ ਤੁਹਾਨੂੰ ਆਮ ਘਰਾਂ 'ਚੋਂ ਵੀ ਬਾਹਰ ਕਿਤੇ ਮਿਲ ਜਾਣਗੇ, ਪਲਾਟਾਂ 'ਚ ਪਏ ਮਿਲ ਜਾਂਦੇ ਹੈ। ਸੋ ਇਹਨੂੰ ਥੋੜ੍ਹੀ ਜਿਹੀ ਬਰੀਕ ਜ਼ਿਆਦਾ ਨਹੀਂ ਕਰਨੀ ਗੀ, ਥੋੜ੍ਹਾ ਮੋਟਾ ਹੀ ਰੱਖਣਾ। ਆਹ ਤੁਸੀਂ ਦੇਖ ਸਕਦੇ ਹੋ ਥੱਲੇ ਥੱਲੇ ਇਹਨੂੰ ਵਿਛਾ ਦੇਣਾ, ਅਤੇ ਤੁਸੀਂ ਦੇਖਿਓ ਜੇ ਬੂਟਾ ਤੁਹਾਡਾ, ਦੇਖੋ ਸਾਡਾ ਬੂਟਾ ਕਿੱਦਾਂ ਆਹ ਹੋਇਆ ਪਿਆ, ਸਾਰਾ ਫਰੂਟ ਦੇਖੋ ਕਿੰਨਾ ਨੂੰ ਜ਼ਬਰਦਸਤ ਆ ਰਿਹਾ। ਇਹ ਮੌਸਮੀ ਦਾ ਬੂਟਾ ਹੈ ਔਰ ਉੱਪਰ ਤੱਕ ਇਹਨੂੰ ਫਰੂਟਿੰਗ ਹੋ ਰਹੀ ਹੈ, ਬੜੀ ਜ਼ਬਰਦਸਤ ਫਰੂਟਿੰਗ ਹੈ ਔਰ ਇਹਨੇ ਭਰਿਆ ਜਾਣਾ ਮੌਸਮੀਆਂ ਦੇ ਨਾਲ। ਲਓ ਜੀ ਪਾਓ ਜੀ, ਥੱਲੇ ਥੱਲੇ ਪਾਉਣੀ ਹੈ ਬਸ, ਜ਼ਿਆਦਾ ਨਹੀਂ, ਵੀ ਥੱਲੇ ਜਗ੍ਹਾ ਨੰਗੀ ਨਾ ਰਹੇ, ਇੱਕ ਸਾਰ ਹੋ ਜਾਏ, ਉਨੀ ਉਨੀ ਪਾਵਾਂਗੇ। ਅਤੇ ਇਹਦੇ ਨਾਲ ਜਿੰਨਾ ਵੀ ਓਵਰ ਵਾਟਰਿੰਗ ਹੋਊਗੀ ਥੱਲੇ ਮਿੱਟੀ ਦੇ ਵਿੱਚ ਫੰਗਸ ਨਹੀਂ ਪਾਊਗੀ। ਕਈ ਵਾਰ ਤਾਂ ਮੁਸ਼ਕ ਇੰਨਾ ਆਉਂਦਾ ਥੱਲੇ, ਜਦੋਂ ਮਿੱਟੀ ਖਰਾਬ ਹੋ ਜਾਂਦਾ ਥੱਲੇ ਥੱਲੇ ਪੈ ਗਈ। ਇਹਨੂੰ ਸੈੱਟ ਕਰ ਲਾਂਗੇ ਮਾੜਾ ਜਿਹਾ। ਲਓ ਜੀ ਇਹ ਥੱਲੇ ਪੈ ਚੁੱਕੀ ਹੈ ਬੋਰੀ, ਹੁਣ ਇਹਦੇ ਨਾਲ ਇੱਕ ਤਾਂ ਜੜ੍ਹ ਠੰਡੀ ਰਹੂਗੀ, ਲੰਮਾ ਸਮਾਂ ਪਾਣੀ ਦੀ ਜ਼ਰੂਰਤ ਨਹੀਂ ਪਾਊਗੀ। ਅਤੇ ਇਹਨੂੰ ਹੁਣ ਅਸੀਂ ਸ਼ਿਫਟ ਕਰ ਦਾਂਗੇ, ਆ ਕੇ ਦੇਖੋ ਅਸੀਂ ਕੱਢਿਆ ਸੀਗਾ ਕਿੰਨਾ ਵਧੀਆ ਨਿਕਲਿਆ ਗਮਲੇ ਦੇ ਵਿੱਚੋਂ। ਇਹਦੇ ਵਿੱਚ ਹੁਣ ਉਹ ਪਾਇਓ ਥੋੜ੍ਹੀ, ਉਹ ਮਿਕਸ ਕਰਾਂਗੇ ਥੋੜ੍ਹਾ। ਅਸੀਂ ਪਹਿਲਾਂ ਮਿਲਾ ਲਿਆ ਇਹ, ਉਹ ਵੇਖ ਡੋਲ, ਉਹ ਡੋਲੀ ਜਾਣਾ ਯਾਰ ਸਾਹਨੇ 'ਚ ਹੈ। ਆਹ ਦੇਖੋ ਇਹਨੂੰ ਪਾ ਕੇ ਅਸੀਂ ਵਿੱਚ, ਇਹ ਸਾਡਾ ਆਪਣਾ ਤਿਆਰ ਕੀਤਾ ਅਤੇ ਕਾਫੀ ਤੱਤ ਪਾਏ ਹੋਏ ਮਿਕਸਚਰ 'ਚ, ਇਹ ਸਾਡੇ ਕੋਲ ਮਿਲ ਜਾਂਦਾ। ਇੱਥੇ ਕਈ ਕਮੈਂਟ ਕਰਦੇ ਵੀਰ ਕਿੱਥੋਂ ਮਿਲਦਾ, ਸੋ ਬਜ਼ਾਰੀ ਤਾਂ ਉਹਦੇ ਵਿੱਚ ਤਾਂ ਪਤਾ ਨਹੀਂ ਕੀ ਪਾਇਆ ਹੁੰਦਾ ਕੀ ਨਹੀਂ ਪਾਇਆ ਹੁੰਦਾ। ਇਹਨੂੰ ਮਿੱਟੀ ਭਰ ਦਾਂਗੇ ਵਿੱਚ ਹੁਣ, ਅਤੇ ਫਿਰ ਬੂਟਾ ਲਾਵਾਂਗੇ ਅਤੇ ਤੁਹਾਨੂੰ ਮੌਸਮੀਆਂ ਲੱਗੀਆਂ ਦਿਖਾਵਾਂਗੇ ਅਸੀਂ। ਫਿਰ ਇੱਕ ਟਰੈਕੋ ਡਰਮਾ ਪਾ ਲੈਣ ਉਸ ਵਿੱਚ। ਚਲੋ ਜੀ ਇਹ ਟਰੈਕੋ ਡਰਮਾ ਆਪਾਂ ਪਾ ਰਹੇ ਹਾਂ ਜੀ, ਆਮ ਮਿਲ ਜਾਂਦਾ, ਇਹ ਫੰਗਸ ਨੂੰ ਕੰਟਰੋਲ ਕਰੂਗਾ ਟਰੈਕੋ ਡਰਮਾ। ਇੱਕ ਮੁੱਠੀ ਧੋੜਨੀ ਹੈ ਬਸ, ਇੱਕ ਪੌਦੇ ਵਾਸਤੇ ਬਹੁਤ ਹੁੰਦੀ ਆ, ਮਿੱਟੀ ਕੱਢ ਲਾ ਥੋੜ੍ਹੀ ਜਿਹੀ। ਅਤੇ ਇਹਦੀ ਹੁਣ ਮਿਣਤੀ ਮਾਰਾਂਗੇ ਪਹਿਲਾਂ ਆਪਾਂ ਬੂਟੇ ਦੀ, ਵੀ ਕਿੰਨਾ ਉੱਚਾ ਉਹਦਾ ਜਿਹੜਾ ਘੇਰਾ ਕਿੰਨਾ ਹੈ, ਉਸ ਹਿਸਾਬ ਨਾਲ ਬੂਟਾ ਵਿੱਚ ਰੱਖਾਂਗੇ ਆਪਾਂ। ਚਲੋ ਜੀ ਇਹਦੇ ਨਾਲ ਮਿਣਤੀ ਮਾਰਾਂਗੇ, ਇੰਚੀ ਟੇਬ ਨਾਲ ਮਾਰ ਲਓ, ਅਸੀਂ ਵੈਸੇ ਥੌਲੀ ਦੇ ਡੰਡੇ ਨਾਲ ਮਾਰ ਰਹੇ ਹਾਂ। ਚਲੋ ਲਿਆਓ ਬਸ ਸੈੱਟ, ਥੱਲੇ ਰੱਪ 'ਤੇ ਮਾਰ ਜਾਣੇ, ਥੱਲੇ ਦਬਾ ਦਿੰਦੇ ਮਿੱਟੀ ਨੂੰ। ਲਓ ਜੀ ਹੁਣ ਬੂਟਾ ਰੱਖ ਕੇ ਲਾ ਦਿਆਂਗੇ ਇਹਦੇ ਵਿੱਚ, ਅਤੇ ਬਸ ਇਹ ਤੋਂ ਬਾਅਦ ਇਹਨੂੰ ਪਾਣੀ ਦੇ ਦੇਣਾ, ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਬੂਟੇ ਨੂੰ, ਸਾਰਾ ਕੁਛ ਵਿੱਚ ਪਾ ਤਾ ਬਸ, ਓਕੇ ਹੋ ਗਿਆ। ਪਾਓ ਮਿੱਟੀ ਇੱਧਰ ਥੋੜ੍ਹਾ ਜਿਹਾ, ਸਾਨੂੰ ਜ਼ਿਆਦਾ ਇੱਧਰ ਇੱਧਰ ਕਰਨਾ ਮਾੜਾ ਜਿਹਾ, ਅਤੇ ਇਹ ਬਸ ਬਸ ਜ਼ਿਆਦਾ ਹੁਣ ਫਿਰ ਉੱਧਰ ਕਰਤਾ, ਸਹੀ ਸੈਂਟਰ 'ਚ ਮੈਂ ਕਿਹਾ ਕਰ, ਬਸ ਓਕੇ। ਸੋ ਸਾਰੇ ਪਾਸੇ ਮਿੱਟੀ ਬਰਾਬਰ ਪੈਣੀ ਚਾਹੀਦੀ ਹੈ, ਉਹ ਜੋ ਹੁਣੇ ਮਿੱਟੀ ਪਾ ਦਾਂਗੇ ਬਸ। ਇਸ ਤੋਂ ਬਾਅਦ ਇਹ ਪ੍ਰੋਸੈਸ ਸੀਗਾ, ਇਹਨੂੰ ਲਾ ਦਾਂਗੇ ਪਾਣੀ, ਅਤੇ ਬੂਟਾ ਤੁਸੀਂ ਦੇਖੋ ਜੀ ਵੀ ਮੌਸਮੀਆਂ ਦੇ ਨਾਲ ਭਰਿਆ ਮਿਲੂਗਾ ਤੁਹਾਨੂੰ ਪੂਰਾ ਫੁੱਲ। ਇੱਧਰੋਂ ਪਾ ਆਹ ਦਵਾਈ ਵਾਲੀ ਮਿੱਟੀ ਹੈ ਉਰਲੇ ਪਾਸੇ, ਅਤੇ ਇਹੋ ਜਿਹੀ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਅਸੀਂ ਰੂਬਰੂ ਹੁੰਦੇ ਰਹਿੰਦੇ ਹਾਂ।
ਲਓ ਜੀ ਬੂਟਾ ਲੱਗ ਕੇ ਸਕਸੈਸ ਹੋ ਗਿਆ, ਪ੍ਰੋਸੈਸ ਤੁਸੀਂ ਹੋਰ ਚੀਜ਼ ਲੈ ਲਾ, ਪ੍ਰੋਸੈਸ ਤੁਸੀਂ ਦੇਖ ਲਿਆ ਜੀ। ਸੋ ਬੂਟਾ ਲੱਗ ਕੇ ਸਕਸੈਸ ਹੋ ਗਿਆ ਜੀ। ਸੋ ਇਹੋ ਜਿਹੇ ਜਾਣਕਾਰੀਆਂ ਤੁਹਾਨੂੰ ਕਿਤੋਂ ਨਹੀਂ ਮਿਲਦੀਆਂ ਜੋ ਅਸੀਂ ਦਿੰਦੇ ਹਾਂ, ਔਰ ਪੂਰੀਆਂ ਸਟੀਕ ਜਾਣਕਾਰੀਆਂ ਹੁੰਦੀਆਂ, ਸਹੀ ਹੁੰਦਾ ਸਿਸਟਮ ਸਾਰਾ, ਔਰ ਇਹ ਬੂਟਾ ਸਕਸੈਸ ਹੋਊਗਾ। ਸੋ ਇਸ ਕਰਕੇ ਤੁਸੀਂ ਜੁੜਦੇ ਹੋ ਸਾਡੇ ਨਾਲ, ਵੀਡੀਓ ਸ਼ੇਅਰ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਨਵੀਂ ਅਪਡੇਟ ਨਾਲ ਫਿਰ ਹਾਜ਼ਰ ਹੋਵਾਂਗੇ, ਦੇਖਦੇ ਰਹੋ ਦੇਵ ਲਾਈਵ ਰੇਡੀਓ, ਦੇਵ ਗ੍ਰੀਨਲੈਂਡ ਨਰਸਰੀ, ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ, ਪਿੰਡ ਪੀਰ ਮੁਹੰਮਦ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ।